वाहिगुरु जी का खालसा, वाहिगुरु जी की फतेह। स्टेपिंग स्टोन पंजाबी रीडर 5 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਅਰਸ਼ਿੰਦਰਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 12 ਲੈ ਕੇ ਹਾਜ਼ਰ ਹਾਂ। ਆਓ ਚਲਿਏ ਨਵਾਂ ਪਾਠ ਸਿੱਖੀਏ। ਬੱਚਿਓ, ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਪਾਠਾਂ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਤੇ ਅਸੀਂ ਇੱਕ ਪਾਠ ਪੱਗ ਬਾਰੇ ਹੀ ਪੜਿਆ ਸੀ। ਪੱਗ ਬਾਰੇ ਸਿੱਖਿਆ ਸੀ ਕਿ ਪੱਗ ਕਿੰਨੇ ਡਿਫਰੈਂਟ ਤਰ੍ਹਾਂ ਦੀ, ਵੱਖਰੇ ਤਰ੍ਹਾਂ ਦੀ ਹੁੰਦੀ ਹੈ। ਕੇਸਕੀ, ਪਟਕਾ, ਪੱਗ, ਗੋਲ ਪੱਗ, ਹੈ ਨਾ। ਅਸੀਂ ਇਹ ਸਾਰੀਆਂ ਗੱਲਾਂ ਕਰਕੇ ਆਏ ਹਾਂ ਤੇ ਪੱਗ ਕਿਉਂ ਬੰਨ੍ਹਦੇ ਹਨ, ਸਿੱਖ ਪੱਗ ਕਿਉਂ ਬੰਨ੍ਹਦੇ ਹਨ? ਆਪਣੇ ਵਾਲਾਂ ਨੂੰ ਢੱਕਣ ਵਾਸਤੇ, ਸਾਡੇ ਧਰਮ ਦੀ ਨਿਸ਼ਾਨੀ ਹੈ, ਸਾਡੀ ਸ਼ਾਨ ਹੈ ਪੱਗ। ਅਸੀਂ ਇਸ ਕਰਕੇ ਪੱਗ ਬੰਨ੍ਹਦੇ ਹਾਂ ਐਜ਼ ਅ ਸਿੱਖ, ਰਾਈਟ? ਸੋ ਅਸੀਂ ਇਹ ਵੀ ਗੱਲ ਕੀਤੀ ਕਿ ਕਿਸੇ ਦੀ ਪੱਗ ਨੂੰ ਬਿਨਾਂ ਇਜਾਜ਼ਤ ਹੱਥ ਲਾਉਣਾ ਚੰਗਾ ਨਹੀਂ ਮੰਨਿਆ ਜਾਂਦਾ, ਸਾਨੂੰ ਦੁੱਖ ਹੁੰਦਾ ਇਸ ਗੱਲ ਦਾ। ਤੇ ਜੇ ਕੋਈ ਕਿਊਰੀਅਸ ਆ ਸਾਡੇ ਬਾਰੇ ਜਾਣਨ ਲਈ, ਤੁਹਾਡੀ ਪੱਗ ਬਾਰੇ, ਪਟਕੇ ਬਾਰੇ, ਜੂੜੇ ਬਾਰੇ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਉਸ ਸਿਚੁਏਸ਼ਨ ਨੂੰ ਹੈਂਡਲ ਕਰੋਗੇ? ਕਿਵੇਂ ਉਹਨਾਂ ਨੂੰ ਦੱਸੋਗੇ ਕਿ ਤੁਹਾਨੂੰ ਚੰਗਾ ਨਹੀਂ ਲੱਗੇਗਾ ਜੇ ਬਿਨਾਂ ਇਜਾਜ਼ਤ ਤੁਹਾਡੀ ਪੱਗ ਨੂੰ, ਤੁਹਾਡੇ ਜੂੜੇ ਨੂੰ, ਤੁਹਾਡੇ ਵਾਲਾਂ ਨੂੰ ਕੋਈ ਹੱਥ ਲਾਉਂਦਾ ਹੈ? ਠੀਕ ਹੈ। ਸੋ ਅੱਜ ਇਸ ਪਾਠ ਦੇ ਵਿੱਚ ਅਸੀਂ ਪੱਗ ਦੇ ਮੁਹਾਵਰੇ, ਜਿਹੜੇ ਈਡੀਅਮਸ ਹੈਗੇ ਆ, ਜਿਹੜੀਆਂ ਕਲਚਰਲ ਜਿਹੜੀਆਂ ਕਸਟਮਸ ਹੈਗੀਆਂ, ਸੋ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਇਸ ਪਾਠ ਦੇ ਵਿੱਚ। ਜਿਸ ਤਰ੍ਹਾਂ ਪੰਜਾਬੀ ਕਲਚਰਲ ਕਸਟਮਸ ਕੀ ਹੈ, ਦੇਰ ਆਰ ਮੈਨੀ ਕਸਟਮ ਦੈਟ ਯੂਜ਼ ਪੱਗ ਐਜ਼ ਅ ਸਿੰਬਲ। ਠੀਕ। ਸੋ ਦੀਸ ਕਸਟਮ ਬਿਕੇਮ ਈਡੀਅਮਸ ਇਨ ਪੰਜਾਬੀ, ਲੈਟਸ ਲਰਨ ਹਾਓ ਆਫ ਦੀਸ ਈਡੀਅਮਸ, ਰਾਈਟ? ਸੋ ਇਹ ਪੱਗ ਦੇ ਨਾਂ ਦੇ ਨਾਲ, ਪੱਗ ਦੇ ਨਾਲ ਵੱਖਰੇ ਵੱਖਰੇ ਮਤਲਬ ਹੋ ਜਾਂਦੇ ਨੇ। ਜੇ ਪੱਗ ਦੇ ਨਾਲ ਇੱਕ ਹੋਰ ਫਰੇਜ਼ ਲੱਗ ਜਾਂਦੀ ਹੈ ਤਾਂ ਉਹ ਆਪਾਂ ਸਿੱਖਣੀ ਹੈ। ਸੋ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਵੋਕੈਬਲਰੀ ਸਿੱਖਦੇ ਹਾਂ। ਵਰਡਸ, ਵਿਸ਼ਵਾਸ, ਕੌਨਫੀਡੈਂਸ, ਇੱਜ਼ਤ, ਰਿਸਪੈਕਟ, ਡਿਗਨਿਟੀ, ਇੱਕ ਦੂਸਰੇ, ਵਨ ਅਨਦਰ, ਬਰਦਾਸ਼ਤ, ਟੋਲਰੇਟ, ਬੇਇੱਜ਼ਤ, ਡਿਸਰਿਸਪੈਕਟ। ਅੱਜ ਤੋਂ ਬਾਅਦ, ਫਰੋਮ ਟੂਡੇ ਔਨਵਰਡਸ, ਯਕੀਨ, ਬਿਲੀਫ ਔਰ ਬਿਲੀਵ, ਰਾਈਟ? ਸੋ ਸਾਡਾ ਯਕੀਨ ਹੈ ਜਾਂ ਅਸੀਂ ਕਿਸੇ ਵਿੱਚ ਯਕੀਨ ਕਰਦੇ ਹਾਂ, ਰਾਈਟ? ਇਟ ਹੈਜ਼ ਡਿਫਰੈਂਟ ਮੀਨਿੰਗਸ। ਵਟਾਉਣਾ ਟੂ ਐਕਸਚੇਂਜ, ਸਤਿਕਾਰ, ਰਿਸਪੈਕਟ। ਠੀਕ ਹੈ। ਇੱਜ਼ਤ, ਰਿਸਪੈਕਟ, ਸਤਿਕਾਰ, ਸਾਰੇ ਇਹ ਅਸੀਂ ਐਸੇ ਧਰਮ ਵੀ ਇਹਨਾਂ ਨੂੰ ਵਰਤ ਲੈਂਦੇ ਹਾਂ। ਠੀਕ ਹੈ ਜੀ। ਸੋ ਹੁਣ ਅਸੀਂ ਪੱਗ ਦੇ ਨਾਲ ਜੇ ਹੋਰ ਫਰੇਜ਼ ਲੱਗਦੀ ਹੈ ਤਾਂ ਉਹਦਾ ਕੀ ਮਤਲਬ ਬਣ ਜਾਂਦਾ ਹੈ? ਹੁਣ ਤੁਸੀਂ ਪਿਕਚਰਸ ਦੇਖੋਗੇ ਤੇ ਆਪਾਂ ਇਹਨਾਂ ਬਾਰੇ ਵੀ ਗੱਲ ਕਰਾਂਗੇ। ਪੱਗ ਲੱਥ ਜਾਣੀ ਮਤਲਬ ਬੇਇੱਜ਼ਤ ਹੋਣਾ। ਸੋ ਇਹਦਾ ਮਤਲਬ ਕੀ ਹੋਇਆ, ਜੇ ਪੱਗ ਹੈ ਤਾਂ ਸਾਡੀ ਇੱਜ਼ਤ ਹੈ, ਰਾਈਟ? ਪੱਗ ਪੈਰਾਂ ਉੱਪਰ ਰੱਖਣੀ, ਮਾਫੀ ਮੰਗਣੀ, ਰਾਈਟ? ਕਈ ਵਾਰੀ ਪੱਗ ਸਾਡਾ ਸਭ ਤੋਂ ਵੱਡਾ ਸਤਿਕਾਰ ਹੈ। ਸੋ ਕਿਸੇ ਦੇ ਪੈਰਾਂ ਦੇ ਉੱਪਰ ਪੱਗ ਰੱਖਣੀ ਮਤਲਬ ਉਸ ਤੋਂ ਇਦਾਂ ਝੁੱਕ ਕੇ ਮੁਆਫੀ ਮੰਗਣੀ, ਰਾਈਟ? ਪੱਗ ਵਟਾਉਣੀ, ਪੱਕੀ ਦੋਸਤੀ ਪਾਉਣੀ। ਠੀਕ। ਕਿਉਂਕਿ ਪੱਗ ਇੱਜ਼ਤ ਹੈ, ਤੇ ਜੇ ਤੁਸੀਂ ਕਿਸੇ ਦੇ ਨਾਲ ਪੱਗ ਵਟਾਉਂਦੇ ਹੋ ਤੇ ਇਹਦਾ ਮਤਲਬ ਤੁਸੀਂ ਉਹਦਾ ਇੰਨਾ ਸਤਿਕਾਰ ਕਰਦੇ ਹੋ ਜਿੰਨਾ ਤੁਸੀਂ ਆਪਣੀ ਇੱਜ਼ਤ ਦਾ ਆਪਣਾ ਸਤਿਕਾਰ ਕਰਦੇ ਹੋ। ਠੀਕ ਹੈ। ਪੱਗ ਸਿਰ ਤੇ ਰੱਖਣੀ, ਇੱਜ਼ਤ ਹੋਣੀ ਔਰ ਇੱਜ਼ਤ ਕਰਨੀ ਕਿਸੇ ਦੇ, ਰਾਈਟ? ਪੱਗ ਲਾਉਣੀ, ਬੇਇੱਜ਼ਤ ਕਰਨੀ, ਰਾਈਟ? ਬੇਇੱਜ਼ਤੀ ਕਰਨੀ ਕਿਸੇ ਦੀ, ਰਾਈਟ? ਜਾਂ ਪੱਗ ਲੱਥ ਜਾਣੀ, ਬੇਇੱਜ਼ਤ ਹੋ ਜਾਣਾ, ਤੇ ਪੱਗ ਲਾਉਣੀ ਕੋਈ ਤੁਹਾਡੇ ਨਾਲ ਜ਼ਿਆਦਤੀ ਕਰਦਾ ਹੈ, ਤੁਹਾਡੇ ਲਈ ਡਿਸਰਿਸਪੈਕਟਫੁਲ ਹੁੰਦਾ, ਤੇ ਉਹ ਹੋਣਾ ਹੁੰਦਾ ਪੱਗ ਲਾਉਣੀ ਕਿਸੇ ਦੀ। ਪੱਗ ਵਟਾਉਣੀ ਦਾ ਕੀ ਮਤਲਬ ਆ? ਠੀਕ ਹੈ। ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਆਹ ਦੇਖੋ, ਤੁਸੀਂ ਦੇਖ ਰਹੇ ਹੋ ਦੋ ਦੋਸਤ ਖੜੇ ਨੇ, ਉਹਨਾਂ ਨੇ ਦੋਵਾਂ ਨੇ ਦਸਤਾਰ ਸਜਾਈ ਹੋਈ ਹੈ ਆਪਣੇ ਸਿਰ ਤੇ, ਪੱਗ ਬੰਨੀ ਹੋਈ ਹੈ। ਠੀਕ ਹੈ। ਸੋ ਹੁਣ ਉਹ ਕੀ ਕਹਿੰਦੇ, ਲੈਟਸ ਬਿਕਮ ਪੱਗ ਵਟ ਭਰਾ, ਆਈ ਵੁਡ ਲਵ ਦੈਟ ਦਾ ਅਦਰ ਪਰਸਨ ਇਜ਼ ਸੇਇੰਗ, ਰਾਈਟ? ਸੋ ਦੇ ਆਰ ਇਨ ਦਾ ਐਗਰੀਮੈਂਟ ਦੈਟ ਯੂ ਨੋ ਵੀ ਕੈਨ ਬਿਕਮ ਗੁੱਡ ਫਰੈਂਡਸ। ਐਂਡ ਹਾਊ ਦੇ ਆਰ ਬਿਕਮਿੰਗ ਗੁੱਡ ਫਰੈਂਡਸ, ਬਾਈ ਐਕਸਚੇਂਜਿੰਗ ਦੇਅਰ ਟਰਬਨਸ, ਰਾਈਟ? ਸੋ ਕਈ ਵਾਰ ਦੋ ਬਹੁਤ ਪਿਆਰੇ ਦੋਸਤ ਆਪਣੀ ਦੋਸਤੀ ਨੂੰ ਹੋਰ ਵੀ ਪਿਆਰੀ ਬਣਾਉਣ ਲਈ ਪੱਗ ਵਟਾਉਣ ਦੀ ਰਸਮ ਕਰਦੇ ਹਨ। ਉਹ ਇੱਕ ਦੂਸਰੇ ਦੀ ਪੱਗ ਆਪਣੇ ਸਿਰ ਤੇ ਰੱਖਦੇ ਹਨ। ਇਸ ਨਾਲ
ਉਹ ਇੱਕ ਦੂਸਰੇ ਨੂੰ ਇਹ ਵਿਸ਼ਵਾਸ ਦਿੰਦੇ ਹਨ ਕਿ ਅੱਜ ਤੋਂ ਬਾਅਦ ਅਸੀਂ ਇੱਕ ਦੂਸਰੇ ਦੇ ਪੱਗਵੱਟ ਭਰਾ ਹਾਂ, ਮੈਂ ਤੇਰੀ ਇੱਜ਼ਤ ਦਾ ਪੂਰਾ ਖਿਆਲ ਰੱਖਾਂਗਾ। ਸੋ ਦੂਸਰਾ ਪਰਸਨ ਜਿਹੜਾ ਹੈਗਾ, ਦੂਸਰਾ ਦੋਸਤ, ਉਹ ਵੀ ਇਹੀ ਵਾਅਦਾ ਕਰਦਾ ਹੈ ਕਿ ਮੈਂ ਤੇਰੀ ਇੱਜ਼ਤ ਦਾ ਖਿਆਲ ਰੱਖਾਂਗਾ, ਭਾਵ ਤੂੰ ਮੇਰੀ ਇੱਜ਼ਤ ਦਾ ਖਿਆਲ ਰੱਖੇਂਗਾ ਤੇ ਮੈਂ ਤੇਰੀ ਇੱਜ਼ਤ ਦਾ ਖਿਆਲ ਰੱਖਾਂਗੇ। ਅਸੀਂ ਦੋਵੇਂ ਇੱਕ ਦੂਜੇ ਲਈ ਬਹੁਤ ਰਿਸਪੈਕਟਫੁਲ ਰਵਾਂਗੇ, ਕੋਈ ਅਜਿਹਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਸਾਡੀ ਦੋਸਤੀ ਖਰਾਬ ਹੋਵੇ। ਠੀਕ ਹੈ, ਸੋ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਤੇ ਇੰਨਾ ਵਿਸ਼ਵਾਸ ਕਰ ਲੈਣਾ ਕਿ ਉਹ ਤੁਹਾਡੀ ਪੱਗ ਦਾ, ਤੁਹਾਡੀ ਇੱਜ਼ਤ ਦਾ ਖਿਆਲ ਰੱਖੇਗਾ। ਸੋ ਅੱਛੇ ਦੋਸਤ ਇਹ ਵਾਅਦਾ ਨਿਭਾਉਂਦੇ ਹਨ। ਇੱਕ ਹੋਰ ਮੁਹਾਵਰਾ ਹੈ ਪੱਗ ਲਾਉਣੀ। ਪੱਗ ਲਾਉਣੀ ਮੀਨਸ ਕਿਸੇ ਦੀ ਟਰਬਨ ਨੂੰ ਸਿਰ ਤੋਂ ਉਤਾਰ ਦੇਣਾ, ਨੌਕ ਆਫ ਕਰ ਦੇਣਾ। ਠੀਕ ਹੈ, ਪੱਗ ਲਾਉਣ ਨਾਲ ਕਿਸੇ ਨੂੰ ਬਹੁਤ ਬੇਇੱਜ਼ਤ ਕਰਨਾ ਹੈ। ਪੱਗ ਲਾਉਣਾ ਮਤਲਬ ਕਿਸੇ ਨੂੰ ਬਹੁਤ ਬੇਇੱਜ਼ਤ ਕਰਨਾ ਹੈ। ਸਿੱਖ ਇਹ ਕੰਮ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ, ਪਰ ਬਹੁਤ ਦੁੱਖ ਦੀ ਗੱਲ ਹੈ ਕਿ ਕਈ ਸਿੱਖ ਵੀ ਇੱਕ ਦੂਸਰੇ ਦੀ ਪੱਗ ਲਾ ਦਿੰਦੇ ਹਨ। ਸਿੱਖਾਂ ਨੂੰ ਤਾਂ ਇਹ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਅਸੀਂ ਯਕੀਨ ਕਰਦੇ ਹਾਂ ਕਿ ਸਾਰੀ ਦੁਨੀਆ ਦੇ ਲੋਕ ਸਾਡੇ ਭੈਣ ਭਰਾ ਹਨ, ਪਰ ਕਈ ਵਾਰੀ ਸਿੱਖ ਹੀ ਸਿੱਖਾਂ ਨੂੰ ਆਪਣੇ ਭੈਣ ਭਰਾ ਨਹੀਂ ਸਮਝਦੇ ਅਤੇ ਇੱਕ ਦੂਸਰੇ ਨਾਲ ਲੜਦੇ ਹਨ ਅਤੇ ਇੱਕ ਦੂਸਰੇ ਦੀ ਪੱਗ ਲਾਉਂਦੇ ਹਨ। ਸਾਨੂੰ ਇੱਕ ਦੂਸਰੇ ਨਾਲ ਪਿਆਰ ਅਤੇ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ, ਕਿਸੇ ਦੀ ਪੱਗ ਨਹੀਂ ਲਾਉਣੀ ਚਾਹੀਦੀ। ਸੋ ਬੱਚਿਓ, ਮੈਨੂੰ ਯਕੀਨ ਹੈ ਕਿ ਤੁਸੀਂ ਇੰਨੇ ਛੋਟੇ ਹੁੰਦੇ ਲਾਈਫ ਦੇ ਐਡੇ ਵੱਡੇ ਲੈਸਨ ਸਿੱਖ ਰਹੇ ਹੋ ਕਿ ਪੱਗ ਦਾ ਮਤਲਬ ਕੀ ਹੁੰਦਾ ਹੈ, ਪੱਗ ਲਾਉਣੀ ਕੀ ਹੈ, ਪੱਗ ਵਟਾਉਣੀ ਕੀ ਹੈ। ਠੀਕ ਹੈ, ਸੋ ਸਿਰ ਤੇ ਪੱਗ ਰੱਖਣੀ ਕੀ ਹੈ, ਇਹ ਬਹੁਤ ਵੱਡੇ ਜਿਹੜੇ ਪਾਠ ਨੇ, ਬਹੁਤ ਵੱਡੀ ਇਹਦੇ 'ਚ ਸਿੱਖਿਆ ਮਿਲਦੀ ਹੈ। ਸੋ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਜਦੋਂ ਵੱਡੇ ਹੋਵੋਗੇ ਤੁਸੀਂ ਬਹੁਤ ਰਿਸਪੈਕਟਫੁਲ ਹੋਵੋਗੇ, ਸੋਸਾਇਟੀ ਦੇ ਇੱਕ ਬਹੁਤ ਅੱਛੇ ਇਨਸਾਨ ਬਣੋਗੇ, ਸਾਡੀ ਕਮਿਊਨਿਟੀ ਦਾ ਮਾਣ ਉੱਚਾ ਕਰੋਗੇ। ਭਾਵੇਂ ਤੁਸੀਂ ਬੇਟੀ ਹੋ, ਭਾਵੇਂ ਤੁਸੀਂ ਬੇਟੇ ਹੋ, ਤੁਸੀਂ ਸਾਰੇ ਚੰਗੇ ਕੰਮ ਕਰੋਗੇ ਜਿਹਦੇ ਨਾਲ ਸਾਡਾ ਸਤਿਕਾਰ ਵਧੇ। ਤੁਸੀਂ ਕਿਸੇ ਦੇ ਨਾਲ ਲੜ ਕੇ ਉਹਦੇ ਲਈ ਡਿਸਰਿਸਪੈਕਟਫੁਲ ਨਹੀਂ ਹੋਵੋਗੇ, ਹੈ ਨਾ। ਸੋ ਇਹ ਬਹੁਤ ਵੱਡੇ ਲੈਸਨ ਹਨ, ਇਹਨਾਂ ਜਿਹੜੀਆਂ ਛੋਟੇ ਛੋਟੇ ਐਸੇ ਹਨ ਉਹਨਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਤੁਹਾਨੂੰ ਸਿੱਖਣ ਵਾਸਤੇ ਮਿਲਦੀਆਂ ਹਨ, ਸਾਨੂੰ ਸਾਰਿਆਂ ਨੂੰ ਸਿੱਖਣ ਵਾਸਤੇ ਮਿਲਦੀਆਂ ਹਨ। ਸੋ ਹੁਣ ਆਪਣਾ ਜਿਹੜਾ ਘਰ ਦਾ ਕੰਮ ਹੁੰਦਾ, ਫੋਲੋ ਅਪ ਐਕਟੀਵਿਟੀ ਹੁੰਦੀ ਹੈ, ਉਹਦੇ ਨਾਲ ਤੁਸੀਂ ਪਾਠ ਸਿੱਖਿਆ ਹੈ ਉਹਨੂੰ ਹੋਰ ਪੱਕਾ ਕਰ ਲੈਂਦੇ ਹੋ। ਇੱਥੇ ਤੁਹਾਡੇ ਕੋਲ ਵਰਡਸ ਨੇ, ਫਰੇਜ਼ਸ ਨੇ, ਤੇ ਤੁਸੀਂ ਜਿਸ ਤਰ੍ਹਾਂ ਪੱਗ ਲੱਥ ਜਾਣੀ ਦਾ ਮਤਲਬ ਕੀ ਹੈ, ਠੀਕ ਹੈ। ਸੋ ਇੱਧਰ ਤੁਹਾਡੇ ਕੋਲ ਚਾਰ ਆਂਸਰ ਨੇ, ਤੁਸੀਂ ਦੇਖਣਾ ਕਿ ਇਹਨਾਂ ਦੇ ਨਾਲ ਕਿਹੜਾ ਮੈਚ ਹੁੰਦਾ ਹੈ। ਠੀਕ ਹੈ, ਪੱਗ ਲੱਥ ਜਾਣੀ ਦਾ ਮਤਲਬ ਹੈ, ਪੱਗ ਪੈਰਾਂ ਉੱਪਰ ਰੱਖਣੀ ਦਾ ਮਤਲਬ ਕੀ ਹੈ, ਠੀਕ ਹੈ। ਸੋ ਮਾਫੀ ਮੰਗਣੀ ਜਿਸ ਤਰ੍ਹਾਂ, ਹੈ ਨਾ। ਸੋ ਪੱਗ ਵਟਾਉਣੀ ਦਾ ਮਤਲਬ ਕੀ ਹੈ, ਪੱਕੀ ਦੋਸਤੀ ਪਾਉਣੀ, ਤੇ ਪੱਗ ਲਾਉਣੀ ਦਾ ਮਤਲਬ ਹੈ, ਤੁਹਾਨੂੰ ਪਤਾ ਹੈ। ਸੋ ਤੁਸੀਂ ਇਹਦੇ ਵਿੱਚੋਂ ਦੇਖ ਕੇ ਤੁਸੀਂ ਉਹਦੇ ਨਾਲ ਸਹੀ ਸ਼ਬਦ ਜਿਹੜਾ ਆਂਸਰ ਜਿਹੜਾ ਉਹ ਜੋੜੋਗੇ। ਮੰਗਲਵਾਰ ਘਰ ਦਾ ਕੰਮ, ਪੱਗ ਵਟਾਉਣੀ, ਪਾਰਟ ਆਫ ਦਾ ਐਸੇ ਪੇਜ 39 ਦੇ ਉੱਤੇ ਤੁਸੀਂ ਉਹਨੂੰ ਕਾਪੀ ਕਰੋਗੇ। ਤੇ ਫਿਰ ਤੁਸੀਂ ਬੁੱਧਵਾਰ ਦਾ ਕੰਮ ਜਿਹੜਾ ਹੈਗਾ ਤੁਹਾਡਾ, ਤੁਸੀਂ ਟਾਈਮਰ ਸੈੱਟ ਕਰਕੇ ਤੁਸੀਂ ਜਿਸ ਤਰ੍ਹਾਂ ਐਸੇ ਪੜ੍ਹਦੇ ਹੋ ਤੇ ਤੁਸੀਂ ਰਿਕਾਰਡ ਕਰਦੇ ਜਾਂਦੇ ਹੋ ਹਰ ਵਾਰੀ ਕਿ ਤੁਸੀਂ, ਤੁਹਾਨੂੰ ਇਸ ਵਾਰੀ ਕਿੰਨੇ ਮਿੰਟ ਲੱਗੇ ਇਹ ਐਸੇ ਪੜ੍ਹਨ ਵਾਸਤੇ। ਤੇ ਤੁਸੀਂ ਹਰ ਵਾਰੀ ਤੁਸੀਂ ਦੇਖਣਾ ਕਿ ਪਿਛਲੇ ਪਾਠ ਨਾਲੋਂ ਤੁਸੀਂ ਬਿਹਤਰ ਹੋਵੋ। ਠੀਕ ਹੈ, ਪਿਛਲੇ ਪਾਠ ਨਾਲੋਂ ਤੁਸੀਂ ਬੈਟਰ ਤੁਹਾਡੀ ਪਰਫੋਰਮੈਂਸ ਹੋਵੇ, ਇਹ ਤੁਹਾਡਾ ਗੋਲ ਹੋਣਾ ਚਾਹੀਦਾ ਹੈ। ਸੋ ਮੈਂ ਅੱਜ ਇੰਨਾ ਹੀ ਕਹਿ ਕੇ ਇੱਥੇ ਪਾਠ ਬੰਦ ਕਰਦੀ ਹਾਂ। ਤੁਸੀਂ ਪੜ੍ਹਨਾ ਅੱਛੀ ਤਰ੍ਹਾਂ ਸਿੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।